ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ। ਪੰਜਾਬੀ ਇੰਡਸਟਰੀ ਦੇ ਵਿੱਚ ਸਮੇਂ-ਸਮੇਂ ਤੇ ਕਈ ਲੋਕਾਂ ਵੱਲੋਂ ਯੋਗਦਾਨ ਪਾਇਆ ਗਿਆ। ਸੋ ਅੱਜ ਸਾਡੇ ਦਰਮਿਆਨ ਮੌਜੂਦ ਨੇ ਪ੍ਰੀਤੀ ਸਪਰੋ ਜੀ, ਜੋ ਪੰਜਾਬੀ ਇੰਡਸਟਰੀ ਦੀ ਬੇਹੱਦ ਹੀ ਖੂਬਸੂਰਤ ਅਦਾਕਾਰਾ, ਜਿਨ੍ਹਾਂ ਦੀ ਅਗਰ ਅਦਾਕਾਰੀ ਦੀ ਗੱਲ ਕਰੀਏ, ਡਾਇਲੋਗ ਡਿਲੀਵਰੀ ਦੀ ਗੱਲ ਕਰੀਏ ਜਾਂ ਡਾਂਸ ਦੀ ਗੱਲ ਕਰੀਏ, ਬਾਹ ਕਮਾਲ। ਸੋ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੀਤੀ ਸਪਰੋ ਜੀ ਦੇ ਨਾਲ। ਸੋ ਸਭ ਤੋਂ ਪਹਿਲਾਂ ਤੁਹਾਡਾ ਅਜੀਤ ਵੈਬ ਟੀਵੀ ਤੇ ਆਉਣ ਤੇ ਸਵਾਗਤ ਹੈ। ਥੈਂਕ ਯੂ। ਸੋ ਸਭ ਤੋਂ ਪਹਿਲਾਂ ਮੈਮ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਪੰਜਾਬੀ ਇੰਡਸਟਰੀ ਦੇ ਤੁਸੀਂ ਨੌਨ ਪੰਜਾਬੀ ਐਕਟਰੈਸ, ਜਿਹੜੇ ਪੰਜਾਬ ਦੇ ਨਾਲ ਸੰਬੰਧ ਨਹੀਂ ਰੱਖਦੇ, ਫਿਰ ਵੀ ਤੁਸੀਂ ਪੰਜਾਬੀ ਇੰਡਸਟਰੀਜ਼ ਨੂੰ, ਪੰਜਾਬੀ ਇੰਡਸਟਰੀ ਨੂੰ ਇੰਨੀਆਂ ਸਾਰੀਆਂ ਫਿਲਮਾਂ ਦਿੱਤੀਆਂ, ਉਸ ਵਿੱਚ ਇੰਨਾ ਯੋਗਦਾਨ ਪਾਇਆ, ਤੁਹਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦਾ ਮੌਕਾ ਕਿੱਦਾਂ ਮਿਲਿਆ? ਮੈਂ ਜਦ ਬਹੁਤ ਛੋਟੀ ਸੀ, 8ਵੀਂ 'ਚ ਪੜ੍ਹਦੀ ਸੀ, ਅਤੇ ਮੈਨੂੰ ਪਹਿਲੀ ਫਿਲਮ ਹਿੰਦੀ ਦਾ ਬ੍ਰੇਕ ਧਰਮਿੰਦਰ ਜੀ ਦੀ ਫੈਮਿਲੀ ਤੋਂ, ਹਾਂਜੀ, ਉਹਨਾਂ ਦੇ ਬ੍ਰਦਰ ਇਨ ਲਾਅ ਸ਼ੇਰ ਜੰਗ ਸਿੰਘ ਪੰਛੀ ਨੇ ਲਿੱਤਾ ਸੀ ਮੈਨੂੰ। ਉਹ ਫਿਲਮ ਅਫਰੀਕਾ 'ਚ ਸ਼ੂਟ ਹੋਈ ਸੀ, ਹਾਂਜੀ, ਐਂਡ ਉਹਦੇ ਬਾਅਦ ਹੀ ਉਹਦੀ ਰਿਲੀਜ਼ 'ਤੇ ਮੈਂ ਲਾਵਾਰਿਸ ਸਾਈਨ ਕੀਤੀ, ਅਰਪਨ ਔਰ ਦੋ ਤਿੰਨ ਫਿਲਮਾਂ, ਅਤੇ ਵਰਿੰਦਰ ਜੀ ਨੇ ਮੈਨੂੰ ਅਪਰੋਚ ਕੀਤਾ, ਬਿਕੋਜ਼ ਮੈਨੂੰ ਵੇਖਦੇ ਹੀ ਸੀ, ਆਈ ਗਰੂ ਅਪ ਵਿਦ ਧਰਮ ਜੀ ਫੈਮਿਲੀ, ਵੈਰੀ ਕਲੋਜ ਉਹਨਾਂ ਦੀ ਫੈਮਿਲੀ, ਅਤੇ ਅਸੀਂ ਸੀਗੇ ਮੇਰੇ ਫਾਦਰ ਸਾਹਿਬ ਅਤੇ ਪੂਰੀ ਫੈਮਿਲੀ। ਅਤੇ ਵਰਿੰਦਰ ਜੀ ਨੇ ਮੈਨੂੰ ਪੁੱਛਿਆ ਕਿ ਪ੍ਰੀਤੀ, ਮੈਂ ਪੰਜਾਬੀ ਫਿਲਮ ਬਣਾ ਰਹਾਂ ਅਤੇ ਤੁਸੀਂ ਮੇਰੀ ਇੱਕ ਫਿਲਮ ਕਰੋ ਪਲੀਜ਼। ਹਾਂਜੀ। ਅਤੇ ਮੈਂ ਕਿਹਾ ਠੀਕ ਹੈ, ਕਿੰਨੇ ਦਿਨ ਤੁਹਾਡੀ ਸ਼ੂਟਿੰਗ ਹੋਏਗੀ? ਕਹਿੰਦੇ 10 ਦਿਨ, ਇੱਕ ਗੈਸਟ ਅਪੀਅਰੈਂਸ ਹੈ। ਮੈਂ ਵੀ ਸੋਚਿਆ, ਉਸ ਵਕਤ ਮੈਂ ਹਿੰਦੀ ਫਿਲਮ ਕਰਦੀ ਸੀ, ਹਿੰਦੀ ਫਿਲਮ ਕਰ ਰਹੀ ਸੀ, ਅਤੇ ਹਿੰਦੀ ਫਿਲਮ ਦਾ ਨਾ ਇੱਕ ਫਿਲਮ ਇੱਕ ਸੀਨ, ਵੱਡੀ ਫਿਲਮ ਦਾ ਇੱਕ ਸੀਨ ਇੱਕ ਦਿਨ 'ਚ ਸ਼ੂਟ ਹੋਣਾ ਹੈ, ਬਿਲਕੁਲ, ਹੈ ਨਾ, ਇੰਨਾ ਸਲੋਅ ਹੁੰਦੀ ਸੀ ਮੇਕਿੰਗ। ਮੈਨੂੰ ਲੱਗਿਆ 10 ਦਿਨ ਵਿੱਚ ਹੀ ਗੈਸਟ ਅਪੀਅਰੈਂਸ ਹੀ ਹੋਏਗਾ ਸ਼ਾਇਦ, ਅਤੇ ਮੈਂ ਪੰਜਾਬ ਆ ਗਈ। ਹਾਂਜੀ। ਬਟ ਉਹਨਾਂ ਨੇ ਉਸ 10 ਦਿਨ ਵਿੱਚ, ਉਹ ਫਿਲਮ ਸੀਗੀ ਸਰਪੰਚ, ਔਰ 10 ਦਿਨ ਵਿੱਚ ਉਹਨਾਂ ਨੇ 4 ਗਾਣੇ, ਇੰਨੇ ਸੀਨਸ, ਆਈ ਵਾਜ਼ ਦ ਹੀਰੋਇਨ ਆਫ ਦ ਫਿਲਮ। ਹਾਂਜੀ। ਅਤੇ ਉਹ ਫਿਲਮ ਬਹੁਤ ਵੱਡੀ ਹਿੱਟ ਹੋਈ ਸੀ, ਸਰਪੰਚ ਵਾਜ਼ ਅ ਵੈਰੀ ਬਿਗ ਹਿੱਟ, ਐਂਡ ਆਈ ਥਿੰਕ ਉਹਦੇ ਬਾਅਦ ਫਿਰ ਨੈਚੁਰਲੀ ਦੈਟ ਵੇ ਓਪਨ ਦੈਟ ਪੀਪਲ ਵਾਂਟਿਡ ਮੀ, ਐਂਡ ਮੈਂ ਫਿਰ ਵੀ, ਕਿਉਂਕਿ ਮੈਂ ਹਿੰਦੀ ਫਿਲਮਸ ਕਰ ਰਹੀ ਸੀ, ਹਾਂਜੀ, ਮੈਂ ਪੰਜਾਬੀ ਨਾ ਵੀ ਕਰਦੀ, ਬਟ ਜਦ ਮੈਂ ਸਰਪੰਚ ਕਰਨ ਇੱਥੇ ਆਈ, ਜਿਹੜਾ ਪਿਆਰ ਮੁਹੱਬਤ ਮੈਂ ਪੰਜਾਬੀਆਂ 'ਚ ਵੇਖਿਆ, ਜਿਹੜਾ ਇੱਥੇ ਪਿੰਡਾਂ 'ਚ ਸ਼ੂਟਿੰਗ ਕਰ ਰਹੇ ਅਤੇ ਲੋਕ ਕਿੰਨਾ ਪਿਆਰ ਕਰਦੇ ਤੁਹਾਨੂੰ, ਹੈ ਨਾ, ਹਾਂ, ਅਤੇ ਮੈਂ ਬੰਬੇ ਜੰਮੀ ਪਲੀ ਕੁੜੀ, ਮੈਨੂੰ ਇਸ ਤਰ੍ਹਾਂ ਦਾ ਐਟਮੋਸਫੀਅਰ ਬਹੁਤ, ਮਤਲਬ, ਚੰਗਾ ਲੱਗਿਆ ਕਿ ਪੰਜਾਬ ਬਹੁਤ ਸੋਹਣੀ ਯੂਨੋ ਜਗ੍ਹਾ ਹੈ, ਲੋਕ ਇੰਨੇ ਲਵਿੰਗ ਹੈਗੇ ਇੱਥੇ, ਅਤੇ ਮੈਂ ਡਿਸਾਈਡ ਕੀਤਾ ਕਿ ਨਹੀਂ, ਮੈਂ 1-2 ਫਿਲਮ ਹਰ ਸਾਲ ਪੰਜਾਬੀ ਕਰਾਂਗੀ ਜੀ। ਲੇਕਿਨ ਬੀਂਗ ਨੌਨ ਪੰਜਾਬੀ, ਕਦੀ ਇੱਦਾਂ ਕਿ ਕਿਸੇ ਤਰ੍ਹਾਂ ਦੀਆਂ ਔਕੜਾਂ, ਮੁਸ਼ਕਲਾਂ ਆਈਆਂ? ਨਾ, ਮੇਰੀ ਪਹਿਲੀ ਫਿਲਮ ਵੀ ਸਰਪੰਚ ਵਿੱਚ ਹੀ, ਜਦ ਮੈਨੂੰ ਡਾਇਲੋਗ ਇੰਗਲਿਸ਼ ਵਿੱਚ ਲਿਖ ਕੇ ਦਿੰਦੇ ਸੀ, ਰੋਮਨ ਵਿੱਚ ਨਾ ਪੰਜਾਬੀ, ਅਤੇ ਮੈਂ ਸਾਰਿਆਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਕਿ ਮੈਂ ਕਸ਼ਮੀਰੀ ਪੰਡਿਤ ਕੁੜੀ ਹਾਂ। ਹਾਂਜੀ। ਔਰ ਮੇਰੀ ਪੰਜਾਬੀ, ਮਤਲਬ ਜਿਹੜੀ ਸੀ ਨਾ, ਉਹ ਲੋਕਾਂ ਨੂੰ ਬਿਲਕੁਲ, ਮੇਰੀ ਆਪਣੀ ਵੋਇਸ ਹੀ ਰੱਖੀ ਸੀ ਫਿਲਮ, ਅਤੇ ਪੀਪਲ ਨੈਵਰ ਫੈਲਟ ਦੈਟ ਆਈ ਐਮ ਨੋਟ ਅ ਪੰਜਾਬੀ, ਇਨਫੈਕਟ ਟਿਲ ਡੇਟ ਪੀਪਲ ਥਿੰਕ ਕਿ ਆਈ ਐਮ ਪੰਜਾਬੀ, ਨੋਟ ਦੈਟ ਆਈ ਐਮ ਨੋਟ ਫਰੋਮ ਹਾਰਟ, ਆਈ ਐਮ, ਆਈ ਕਾਲ ਮਾਈਸੈਲਫ ਦ ਫਸਟ ਕਸ਼ਮੀਰੀ ਬ੍ਰਾਹਮਣ ਸਿੱਖ, ਬਿਕੋਜ ਲੱਕੀਲੀ ਪੰਜਾਬੀ, ਦ ਜਰਨੀ ਇਨ ਪੰਜਾਬੀ ਫਿਲਮਸ ਬਰੋਟ ਮੀ ਕਲੋਜ਼ਰ ਟੂ ਸਿੱਖਿਜ਼ਮ ਆਲਸੋ। ਮਾਈ ਫਸਟ ਫਿਲਮ ਆਈ ਵਿਜ਼ਿਟਿਡ ਹਰਿਮੰਦਰ ਸਾਹਿਬ, my second film Nimmo I shot in Hemkund Sahib, then my third Uchcha Darbar Be Nanak Da I shot in all gurdwaras of India, and that, you know, really made a bond between me and oh din aan sanu gurdwaryan de jehde darshan karan da vi kafi mauka ha ni ude naal mainu ek jagriti hui ek you know ehsaas hoya ki there is something that we owe Sarbans Dani Guru Gobind Singh ji, and meri puri study ਫਿਰ ਚੱਲ ਪਈ ਉੱਥੇ। ਮੈਂ ਆਈ ਮਾਈਟ ਕਮ ਅਪ ਵਿਦ ਅ ਬੁੱਕ ਕਾਲ ਦ ਫਸਟ ਕਸ਼ਮੀਰੀ ਬ੍ਰਾਹਮਣ ਸਿੱਖ, ਬਿਕੋਜ਼ ਮੈਨੂੰ ਗੁਰੂ ਸਾਹਿਬ ਨੇ ਆਪ ਆਪਣੇ ਵੱਲ ਖਿੱਚਿਆ। ਹਾਂਜੀ। ਦੀ ਵਾਈ ਆਈ ਆਈ ਵੈਂਟ ਟੂ ਕੈਲਾਸ਼ ਮਾਨਸਰੋਵਰ, ਐਂਡ ਆਈ ਅ ਬਾਸ ਕਮਸ ਫਰੋਮ ਦੇਰ, ਐਂਡ ਯੂ ਨੋ ਡਸ ਮਾਈ ਪਰਿਕਰਮਾ ਐਂਡ ਗੋਜ਼ ਐਂਡ ਸਿਟਸ ਔਨ ਦ ਦਿਸ, ਸੋ ਆਈ ਵਾਸ, ਯੂ ਨੋ, ਆਈ ਫੈਲਟ ਦਿਸ ਇਜ਼ ਮਾਈ ਮਿਸ਼ਨ, ਗੋਡ ਵਾਂਟਸ ਮੀ ਟੂ, ਯੂ ਨੋ, ਕੈਚ ਹੈਂਡ ਆਫ ਗੁਰੂ ਸਾਹਿਬ ਐਂਡ ਵਾਕ ahead and enlighten the people of the world that Guru Gobind Singh ji ne humanity de atyachar ho rya si, aur ode layi unhan ne apna sarbans qurban kita. We are indebted to Hindustan, Hinduism is indebted to Guru Gobind Singh ji for being what we are today.
जी बिल्कुल पंजाबी दिया बहुत सारिया हिट फिल्मा देन दी अगर चाहे आप गल करिए फिल्म जारी जट दी या निमो इन्हां हिट फिल्मा देन तो बाद अचानक तुसी पंजाबी इंडस्ट्री तो कुछ समा गायब रहे उसका की कारण सी नहीं देखो मैं काफ़ी साल करती रही एंड मैं पंजाबी दे बहुत सारे सीरियल्स भी बनाए ने पंजाबी 6-7 फिल्मा भी प्रोड्यूस एंड डायरेक्ट भी कीती है आप इन्नी फिल्मा च आई हैव एक्टेड ते मैं यू नो किथे जाके काफ़ी टाइम हो गया सी आई वर्कड सी 80 तो 2002 सो 22 ईयर्स बींग ए हीरोइन ऑफ इंडस्ट्री इज क्वाइट अ लॉन्ग टाइम ये जरूर सीगा कि मेरी शुरुआत 15 साल दी सी मैं जद सरपंच विच मैं काम किया तो इस करके मैं टाइम ज़्यादा मिलिया गुरदास मान जी नाल राज बब्बर जी नाल ऑन वड्डे तो वड्डे बैनर दी फिल्म्स कीती है जे ओम प्रकाश दी आसरा प्यार दा के पप्पू राज काफी लोकां दी ना सो हुण तक किन्नियां पंजाबी फिल्मां तुसी कीतियां आई थिंक मे बी मोर देन 40 हां जी एंड पंजाबी फिल्म्स यू नो करदे कर मैं फिर एक दौर देखिया ना टेररिज्म दा जी बिल्कुल ਉਹ ਦੌਰ ਵਿੱਚ ਸਾਨੂੰ ਵਿਰਿੰਦਰ ਜੀ ਨੂੰ ਕੌਨਫੀਡੈਂਸ ਸੀਗਾ ਕਿ ਮੈਨੂੰ ਕੋਈ ਕੁਛ ਨਹੀਂ ਕਰ ਸਕਦਾ ਮੈਨੂੰ ਪੰਜਾਬੀ ਬਹੁਤ ਪਿਆਰ ਕਰਦੇ ਆ ਅਤੇ ਉਹ ਸ਼ੂਟਿੰਗ 'ਤੇ ਆ ਰਹੇ ਸੀਗੇ ਅਤੇ ਅਸੀਂ ਵੀ ਆ ਰਹੇ ਸੀ ਉਹਨਾਂ ਦੀ ਸ਼ੂਟਿੰਗ 'ਤੇ ਜਦ ਵਿਰਿੰਦਰ ਜੀ ਵਾਸ ਸ਼ਾਰਟ ਐਂਡ ਦੈਟ ਵਾਜ਼ ਅ ਵੈਰੀ ਬਿਗ ਸ਼ੌਕ ਐਂਡ ਦੈਨ ਉਹਨਾਂ ਫਿਰ ਉਸ ਟਾਈਮ 'ਤੇ ਮੈਨੂੰ ਇਹ ਫੀਲਿੰਗ ਹੋਈ ਇੱਕ ਸਕ੍ਰਿਪਟ 'ਤੇ ਅਸੀਂ ਕੰਮ ਕਰ ਰਹੇ ਸੀ ਵਿਰਿੰਦਰ ਜੀ ਵਾਸ ਟੂ ਡਾਇਰੈਕਟਡ I was to produce it and I was in double role with Virinder and Gurdas Maan. Okay. That same film I made Kurbani Jarti after his death. Haan ji. I directed it and I took Raj Babbar in Virinder ji's place and Gurdas ji was there. Okay, okay. So that is the time I decided that I owe to this Punjabi industry ki main Punjabi film industry nu band nahi hondeya ki Virinder ji di death te baad ik ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀਗਾ ਬਿਲਕੁਲ ਡਰ ਦਾ ਕਿ ਫਿਲਮ ਨਹੀਂ ਬਣਾਉਣੀ ਚਾਹੀਦੀ ਪੰਜਾਬੀ ਡਰ ਦਾ ਮਾਹੌਲ ਤੇ ਕਹਿ ਸਕਦੇ ਆ ਕਿ ਧੱਕਾ ਕਾਫੀ ਇੰਡਸਟਰੀ ਨੂੰ ਲੱਗਾ ਸੀ ਹਾਂ ਤੇ ਫਿਰ ਉਸ ਟਾਈਮ ਤੇ ਮੈਂ ਆਪਣੀ ਫਿਲਮ ਕੰਪਨੀ ਲਾਂਚ ਕੀਤੀ ਸਪਰੂ ਆਰਟ ਇੰਟਰਨੈਸ਼ਨਲ ਐਂਡ ਮੈਂ ਕੁਰਬਾਨੀ ਜੜਦੀ ਮਹਿੰਦੀ ਸ਼ਗਨਾ ਦੀ ਸਰਦਾਰੀ ਪ੍ਰਤੀਗਿਆ ਮੁਕੱਦਰ ਵਧਾਈਆਂ ਇਹ ਸਭ ਉਸ ਬੈਨਰ ਥੱਲੇ ਬਣਾਈ ਤੇ ਫਿਰ ਉਸ ਟਾਈਮ ਵੀ ਮੈਂ ਵੇਖਿਆ ਆਈ ਸਟੂਡ ਬਾਈ ਦੀ ਇੰਡਸਟਰੀ ਦੈਟ ਸਟੂਡ ਬਾਈ ਮੀ ਤੇ ਇਸ ਲਈ ਮੇਰਾ ਇੱਕ ਬਹੁਤ ਇਮੋਸ਼ਨਲ ਟਾਈਅਪ ਹੈ ਪੰਜਾਬੀ ਇੰਡਸਟਰੀ ਨਾਲ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਅੱਜ ਵੇਖ ਕੇ ਕਿ ਪੰਜਾਬੀ ਫਿਲਮਾਂ ਦਾ ਜਿਹੜਾ ਮਿਆਨ ਹੁਣ ਇੰਨਾ ਉੱਤੇ ਆ ਗਿਆ ਬਜਟਸ ਐਂਡ ਚੰਗੀ ਤਰ੍ਹਾਂ ਸਾਡੀ ਫਿਲਮਾਂ ਹਿੰਦੀ ਫਿਲਮਾਂ ਨਾਲ ਕੰਪੀਟ ਕਰ ਸਕਦੀ ਉਸ ਤਰ੍ਹਾਂ ਦੀ ਮੇਕਿੰਗ ਆ ਗਈ ਹੈ ਬਿਕੋਜ਼ ਬਜਟ ਆ ਗਿਆ ਹਾਂ ਬਜਟ ਆ ਗਿਆ ਹਾਂ ਤਾਂ ਉਸ ਕਰਕੇ ਆਈ ਐਮ ਵੈਰੀ ਹੈਪੀ ਐਂਡ ਮੈਂ ਕੁਛ ਫਿਲਮ ਜ਼ਿਆਦਾ ਤਾਂ ਬੰਬੇ ਬੈਠ ਕੇ ਵੇਖ ਨਹੀਂ ਸਕਦੀ ਬਟ ਥੋੜ੍ਹੀ ਬਹੁਤ ਜਿਹੜਾ ਮੈਂ ਸੁਣਦੀ ਹਾਂ ਕਿ ਫਿਲਮ ਚੰਗੀ ਬਹੁਤ ਚੰਗੀ ਰਹੀ ਹੈ ਅਤੇ ਮੈਂ ਮੰਗਾ ਕੇ ਵੀਡੀਓ ਵੇਖਦੀ ਹਾਂ ਅਤੇ ਫਿਰ ਮੈਨੂੰ ਲੱਗਦਾ ਕਿ ਅੱਛੀ ਚੰਗੀ ਫਿਲਮਾਂ ਬਣ ਰਹੀ ਸਿਰਫ ਇੱਕ ਹੈ ਮੇਰੇ ਮਨ 'ਚ ਕਿ ਸਿਰਫ ਕਾਮੇਡੀ ਫਿਲਮਸ ਹੀ ਨਹੀਂ ਬਣਨੀ ਚਾਹੀਦੀ ਹੈ ਸਟੋਰੀ ਲਾਈਨ ਹਾਂ ਪਬਲਿਕ ਨੇ ਜਿਹੜਾ ਹੈ ਨਾ ਉਹ ਸੀਰੀਅਸ ਫਿਲਮਸ ਨੂੰ ਵੀ ਫੈਮਿਲੀ ਡਰਾਮਾਸ ਨੂੰ ਲਵ ਸਟੋਰੀਜ਼ ਨੂੰ ਵੀ ਇੰਨਾ ਮਤਲਬ ਦੇਣਾ ਚਾਹੀਦਾ ਉਸ ਹਾਂਜੀ ਬਿਲਕੁਲ ਪੰਜਾਬੀ ਇੰਡਸਟਰੀ ਦੇ ਵਿੱਚ ਕਿਉਂਕਿ ਪੰਜਾਬੀ ਇੰਡਸਟਰੀ ਸਿਰਫ ਤੁਸੀਂ ਕਾਮੇਡੀ ਨਹੀਂ ਹੈ ਬਿਲਕੁਲ ਹੈ ਨਾ ਕਾਫੀ ਸਟੋਰੀ ਵਾਲੀਆਂ ਫਿਲਮਾਂ ਨੂੰ ਤਵੱਜੋ ਦੇਣੀ ਜਿਹੜੀ ਹੈ ਪੰਜਾਬੀ ਇੰਡਸਟਰੀ ਨੇ ਸ਼ੁਰੂ ਕਰ ਦਿੱਤੀ ਦੇਣੀ ਚਾਹੀਦੀ ਯੈਸ ਤੇ ਤੁਸੀਂ ਪੁਰਾਣਾ ਪੰਜਾਬੀ ਜਿਹੜਾ ਸਿਨੇਮਾ ਦਾ ਦੌਰ ਸੀ ਉਹ ਵੀ ਦੇਖਿਆ ਮੌਜੂਦਾ ਵੀ ਤੇ ਕਿੰਨਾ ਤੁਸੀਂ ਕਿੰਨਾ ਫਰਕ ਮਹਿਸੂਸ ਕਰਦੇ ਹੋ ਹੁਣ ਮੈਨੂੰ ਆ ਕੇ ਇੱਥੇ ਸ਼ੂਟਿੰਗ ਲਈ ਮੈਂ 17 ਸਾਲ ਬਾਅਦ ਇੱਥੇ ਐਕਟਿੰਗ ਕਰ ਰਹੀ ਹਾਂ ਆ ਕੇ ਔਰ ਪਿੱਛੇ ਮੈਂ ਸੀਰੀਅਲ ਬਣਵਾਇਆ ਸੀ ਮਤਲਬ ਪ੍ਰੋਡਿਊਸ ਕੀਤਾ ਸੀ ਕਰਤਾਰ ਸਿੰਘ ਸਰਾਭਾ ਅਤੇ ਇੱਕ ਮਿਆਨ ਦੋ ਤਲਵਾਰਾਂ ਬਟ ਐਕਟ ਨਹੀਂ ਕੀਤਾ ਸੀ ਅਤੇ ਹੁਣ ਜਦ ਮੈਂ ਇਸ ਫਿਲਮ ਦਾ ਸਬਜੈਕਟ ਮੈਨੂੰ ਸੁਣਾਇਆ ਅਤੇ ਮੈਨੂੰ ਠੀਕ ਲੱਗਿਆ ਐਂਡ ਰਿਟਰਨ ਲਈ ਜਿਵੇਂ ਯੂ ਨੋ ਇਟਸ ਅ ਵੈਰੀ ਇੰਪੋਰਟੈਂਟ ਕੈਰੈਕਟਰ ਇਨ ਦਾ ਫਿਲਮ ਸਟਾਰਟਿੰਗ ਟੂ ਐਂਡ ਦਿਸ ਫਿਲਮ ਦੈਟ ਆਈ ਐਮ ਡੂਇੰਗ ਕਾਕੇ ਦਾ ਵਿਆਹ ਹਾਂਜੀ ਅਤੇ then I decided chalo I'll do a film just you know for my people my darshaks jehde mainu enna pyar dende aaj vi mainu enne phone calls from all over world aande ha ji I don't take because I'm married I have a family I have to do my duties as well and I'm into business also the
एंड मैनू लग्या कि चलो जद कदे इत्थे अवार्ड लिया आओ तो लोकी मीडिया भी यही कह रही है दर्शक भी सारे जो मिल रहे कह रहे कि तू तुहानू पर्दे ते वेखना चाहुंदे तौर ते दर्शकां वल्लों काफ़ी मतलब तुहानू पसंद किया जाता ईवन अज के दौर दे विच चाहे काफ़ी पंजाबी इंडस्ट्री विच नवीं एक्ट्रेस या अदाकार आ चुके हैं पर फिर भी जिहड़ा प्रीति सपरू का नाम है वह काफ़ी बड़े ही प्यार सतिकार नाल लिया जांदा मैनू हुण लग्या मैं पहले नहीं सोचती सी 17 साल एक बहुत लंबा पीरियड है लोग भुल गए होंगे बट जब मैं आई काके दे ब्याह दी शूटिंग लई तो मैं आई वाज शॉक कि इन्ना प्यार इन्ना मान सम्मान मैनू फिर दिता लोगों ने मतलब मैनू भुले नहीं मैं आई वाज शॉक्ड एंड आई रियली टेल यू आई ओ अ लॉट टू पंजाब बिल्कुल तुसी आज दी जिहड़ी पंजाबी इंडस्ट्री विच थोड़ी पसंदीदा अदाकार केड़ी आ मैनू जिवें आई यूज टू फील पीपल यूज टू बी वेरी कंफर्टेबल मैनू लैके कि प्रीति सपरू इमोशनल भी कर सकती है रोमांटिक भी कर सकती है चंगा डांस भी कर लेंदी है ना शी इज ऑल ऑलराउंडर लाइक मैनू उस तरह की क्वालिटी नीरू बाजवा च लगती है नीरू बाजवा जी तो अपने जो बिजनेस भी करते हो या घर के चीज उस चीज़ में मेनटेन करना तो अदाकारी करनी उस मेनटेनेंस उस बैलेंस कि बना सकते हो हुण देखो मैं इस शूटिंग ते आई सी मेरे बच्चों की हॉलीडे से उन्होंने नाल लैके आई सी मेरे हसबेंड ऑल्सो हैड कम एंड आई कुड कंफर्टेबली टेक आउट द फिल्म शेड्यूल एंड मेरे बच्चों ने भी देखे मम्मी नू एक्ट कर दे वेख्या नहीं सी मदर का ये पहलू तो दे वर वेरी थ्रिल्ड तो जब कोई मेरे नाल फोटो खिंचन लिए नैचुरली सैट पर बहुत सारी ऑडियंस आ जाती है फिर दे वॉन्ट टू क्लिक पिक्चर्स विथ यू तो मेरी डॉटर्स भी आके खड़ी हो जाती थी नाल ही So it's good experience. I enjoyed. Okay, acting nu zyada enjoy karde ho direction nu ya production nu kis cheez nu sab to zyada enjoy karde ho? Ede vich sab to easy te acting hi hai. Haan ji. Because you are just, you know, that is something like tusi keh sakde ho kyunki mere films family hai. Mere parents both film industry vich sige. Isliye acting is something that comes naturally to me okay. but yes direction and writing script and all ide vich kafi hunda pressure twade te film produce ch karan jaoge direct karan jaoge because twade te kafi responsibility ho jandi hai na sare unit di responsibility to te on wale projects jehde twade ne ode bare zarur dass main ek marathi film direct and produce kar rahi ha jide vich jaya pradha ji is doing the lead role she's a good friend so I thought I'll take her and I'll direct only the o film misfit shuru ho jayegi september vich te ek do script mere ready ne punjabi layi jide vichon main ek banaungi december vich haan ji I'll record songs now but uno shoot assi december vich karange बिल्कुल जाते जाते मैं थोड़े तो यह जरूर जानना चाहूँगी जिदा स्टिल यू आर वेरी ब्यूटीफुल वेरी यंग तो जाते जाते की टिप्स देना चाहोगे आई एम श्योर कि सारे इस चीज़ में जरूर वेट करते हो कि उन्होंने टिप्स दो कि किवें अपनी खूबसूरती बरकरार रखना मैं याद है अजीत विच ही अजीत ऑलवेज इज बीन लाइक माई फैमिली जी जिमें पंजाब ने मैनू प्यार दिता ना अजीत ने मैनू बहुत सपोर्ट दिता बहुत प्यार दिता तो अजीत लई आई हैव अ सॉफ्ट कॉर्नर एंड लेट मी टेल यू कि दिस फैमिली इज़ वेरी क्लोज टू मी अजीत फैमिली एंड ये एक कुछ कोई संडे दे न्यूज़पेपर विच मेरी फेस आंदा सी एंड कुछ ब्यूटी टिप्स आंदे सी उस तरह का मैं कोई ब्यूटी टिप तो नहीं कह सकती यही कहांगी कि बी हैप्पी and don't take any tensions be stress free and it shows on your face you know that you are you know content so that is natural beauty baki I don't think so I would like to grow old naturally so I'm not doing many things except for using moisturizers and all that so I'm not doing anything extra to maintain in fact I need to lose a lot of weight which I'm trying to now So I hope to lose some 10-15 kgs and my next film should be with that kind of weight then. Okay. So ek thodi film jehdi hai release hon wali hai Kaake da Vyah ode bare bhi zarur dasso. Kaake da Vyah is a very interesting and you know different film. Hai comedy but three generation te hai te Nirmal Rishi ji ek generation hai main ek hai te Jordan Sandhu.
थर्ड जनरेशन ते इट इज इंटरेस्टिंग कि यू नो सस दी नूह दी नहीं बनती फिल्म विच एंड दे आर फॉरएवर यू नो सेंडिंग ईच अदर सम मैसेजेस इन फेसबुक इज स्टेइंग इन वन हाउस ओनली एंड दे डोंट यू नो नेवर टैली ऑन एनीथिंग दे आर ऑलवेज क्रिटिसाइजिंग ईच अदर and in which the kaka is you know really sandwich to listen to whom daddy or mother and he loves somebody in the college and both of us want to get him married somewhere you know of our own choice so oda viya is a puzzle that it will happen Bilkul. With whom matlab is film vich sanu pura entertainment da dose dekhan wala hai yes 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 full entertainment and I think the film is shaping out well so and this is my comeback film so I hope my दर्शक लाइक इट बिल्कुल असं भी उम्मीद करते हैं कि जिमें दर्शकों वालों पहला थानू प्यार मिले उदा ही मिलेगा सो इसी साढ़े नाल प्रीति सपरू पंजाबी इंडस्ट्री की बेहद खूबसूरत अदाकारा सो इन्ह के नाल गलबात करके बहुत वधिया लग्या सो अजीत वैब टीवी ते आने ते मैम थोड़ा बहुत बहुत धन्यवाद सो इस दे नाल मैनू इंदरप्रीत कौर पन्नू नू दिओ इजाजत तुसी वेखदे रहो अजीत वैब टीवी धन्यवाद